ਹਸਪਤਾਲ ਚ ਪਈ ਇਹ ਔਰਤ ਆਪਣੀ ਕਿਸਮਤ ਨੂੰ ਰੋ ਰਹੀ ਹੈ ਕਿਉਂਕਿ ਪਹਿਲਾਂ ਤਾਂ ਇਸ ਕੋਲ ਕੋਈ ਬੱਚਾ ਨਹੀਂ ਹੈ ਤੇ ਜਦੋਂ ਇਹ ਆਪਣੀ ਔਲਾਦ ਦੀ ਭਾਲ ਦੇ ਵਿੱਚ ਜੁਟੇ ਤਾਂ ਇਹ ਹੋ ਗਏ ਨੇ ਠੱਗਾ ਦਾ ਸ਼ਿਕਾਰ। ਜੀ ਹਾਂ, ਠੱਗਾ ਨੇ ਇਸ ਪਤੀ ਪਤਨੀ ਨੂੰ 60 ਲੱਖ ਦਾ ਚੂਨਾ ਲਗਾਇਆ। ਜਦੋਂ ਇਸ ਸੰਬੰਧੀ ਇਸ ਪੀੜਤ ਮਹਿਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੇ ਪਤੀ ਦੀ ਰਿਟਾਇਰਮੈਂਟ ਤੋਂ ਬਾਅਦ ਜਦੋਂ ਉਸਦਾ ਪਤੀ ਘਰ ਆਇਆ ਤਾਂ ਮਹੱਲੇ ਦਾ ਹੀ ਇੱਕ ਸ਼ਖਸ ਉਹਨਾਂ ਦੇ ਸੰਪਰਕ ਦੇ ਵਿੱਚ ਆਇਆ ਤੇ ਉਸਨੇ ਉਸਦੇ ਪਤੀ ਨੂੰ ਝਾਂਸੇ ਦੇ ਵਿੱਚ ਲਿਆ ਅਤੇ ਕਿਹਾ ਕਿ ਉਹ ਕਿਸੇ ਬਾਬੇ ਨੂੰ ਜਾਣਦਾ ਜੋ ਤੁਹਾਡੇ ਘਰ ਔਲਾਦ ਦੇ ਸਕਦਾ। ਜਿਸ ਤੋਂ ਬਾਅਦ ਉਸਦਾ ਪਤੀ ਵੀ ਉਸ ਵਿਅਕਤੀ ਦੇ ਝਾਂਸੇ ਦੇ ਵਿੱਚ ਆ ਗਿਆ ਤੇ ਹੌਲੀ ਹੌਲੀ ਕਰਕੇ ਉਸ ਵਿਅਕਤੀ ਨੂੰ 60 ਲੱਖ ਰੁਪਏ ਦੀ ਰਕਮ ਦੇ ਦਿੱਤੀ ਅਤੇ 60 ਲੱਖ ਦੀ ਰਕਮ ਵੀ ਉਹਨਾਂ ਤੋਂ ਜ਼ਬਰਦਸਤੀ ਕਢਵਾਈ ਗਈ ਹੈ ਕਿਉਂਕਿ ਇਸ ਪਤੀ ਪਤਨੀ ਤੇ ਉਸ ਸ਼ਖਸ ਦੇ ਵੱਲੋਂ ਕਾਲੇ ਹਿਰਨ ਨੂੰ ਮਾਰਨ ਦਾ ਝੂਠਾ ਕੇਸ ਵੀ ਪਵਾਇਆ ਗਿਆ ਜਿਸ ਤੋਂ ਬਾਅਦ ਇਹ 60 ਲੱਖ ਦੀ ਰਕਮ ਉਸ ਸ਼ਖਸ ਨੇ ਧੋਖੇ ਨਾਲ ਇਹਨਾਂ ਤੋਂ ਹੜੱਪ ਕਰ ਲਈ ਅਤੇ ਜਦੋਂ ਇਸਦਾ ਪਤਾ ਇਸ ਔਰਤ ਨੂੰ ਚੱਲਿਆ ਤਾਂ ਉਸਨੇ ਇਸ ਸੰਬੰਧੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ। ਦੂਜੇ ਪਾਸੇ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਸ਼ਿਕਾਇਤ ਮਿਲੀ ਹੈ ਕਿ ਸੁਜਾਨਪੁਰ ਦੇ ਇੱਕ ਸ਼ਖਸ ਨਾਲ 60 ਲੱਖ ਰੁਪਏ ਦੀ ਠੱਗੀ ਹੋਈ ਹੈ ਜਿਸ ਦੇ ਚੱਲਦੇ ਉਹਨਾਂ ਵੱਲੋਂ 2 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਜਿਨ੍ਹਾਂ ਨੂੰ ਫੜਨ ਦੇ ਲਈ ਟੀਮਾਂ ਬਣਾਈਆਂ ਗਈਆਂ ਨੇ ਤੇ ਜਲਦੀ ਹੀ ਆਰੋਪੀਆਂ ਨੂੰ ਕਾਬੂ ਕਰ ਵੀ ਲਿਆ ਜਾਵੇਗਾ। ਦਰਅਸਲ ਇਹ ਮਾਮਲਾ ਪਠਾਨਕੋਟ ਦੇ ਸੁਜਾਨਪੁਰ ਤੋਂ ਵੇਖਣ ਨੂੰ ਮਿਲਿਆ ਜਿੱਥੇ ਸਾਬਕਾ ਗ੍ਰਿਫ ਮੁਲਾਜ਼ਮ ਨੂੰ ਔਲਾਦ ਦੀ ਭਾਲ ਕਰਨੀ ਮਹਿੰਗੀ ਪੈ ਗਈ ਹੈ ਅਤੇ ਇਹ ਬਾਬਿਆਂ ਦੇ ਚੱਕਰਾਂ ਦੇ ਵਿੱਚ ਫਸ ਗਏ ਤੇ 60 ਲੱਖ ਦਾ ਚੂਨਾ ਲਗਵਾ ਬੈਠੇ ਜਿਸ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋਏ ਸ਼ਖਸ ਦੀ ਪਤਨੀ ਹੁਣ ਸਦਮੇ ਦੇ ਵਿੱਚ ਹੈ ਜਿਸਦਾ ਇਲਾਜ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਸੰਤੋਸ਼, ਤੁਹਾਡੇ ਘਰ ਵਾਲੇ ਦਾ ਕੀ ਨਾਮ ਹੈ? ਆਰਾਮ ਨਾਲ। ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਠੱਗੀ ਹੋਈ ਹੈ? ਗੱਲਬਾਤ ਸਾਡੀ ਇਹ ਹੋਈ ਕਿ ਇਹਦਾ ਦੋਸਤ ਸੀ ਰਾਧਾ ਸੁਆਮੀ ਜੀ, ਇਹਦੇ ਨਾਲ ਆਉਂਦੇ ਜਾਂਦੇ ਸੀ। ਇਹਨਾਂ ਨੇ ਇਹਨਾਂ ਨੂੰ ਲਾਲਚ ਵਿੱਚ ਆਸਰਾ ਦਿੱਤਾ ਕਿ ਤੁਹਾਡੇ ਘਰ ਬੱਚਾ ਨਹੀਂ ਹੈ ਅਤੇ ਤੂੰ ਨਾ ਕੋਈ ਇਲਾਜ ਕਰਾਉਣਾ। ਇਹਨਾਂ ਨੇ ਕਿਹਾ ਪਹਿਲਾਂ ਤਾਂ ਇਹਨਾਂ ਹੀ ਕਿਹਾ ਤਾਂ ਇੱਦਾਂ ਹੀ ਸੋਚਿਆ ਅਤੇ ਇਹਨਾਂ ਨੇ ਕਿਹਾ ਕਿ ਚੱਲ ਠੀਕ ਹੈ, ਮੈਂ ਕਰਾਉਂਗਾ ਇਲਾਜ। ਮੈਂ ਕਰਾਉਣ ਲੱਗੀ ਇਹਨਾਂ ਕੋਲੋਂ, ਇਹਨਾਂ ਨੂੰ ਕਹਿੰਦਾ ਵੀ ਪੈਸੇ ਵੀ ਨਾਲ ਚਾਹੀਦੇ, ਮੇਰੇ ਕੋਲ ਬਾਬਾ ਵੀ ਬਾਬਾ ਸਿਆਣਾ ਹੈ ਉਹਨਾਂ ਕੋਲ ਤੈਨੂੰ ਲਿਆਵਾਂਗੇ, ਪਰ ਸਾਨੂੰ ਫੜਿਆ ਕਿਤੇ ਨਹੀਂ। ਸਾਡੇ ਕੋਲ ਬਸ ਪੈਸੇ ਨਹੀਂ, ਜਿਸ ਤਰ੍ਹਾਂ ਇਹਨਾਂ ਇਲਾਜ ਕਰਾਉਣ ਨੂੰ ਕਿਹਾ ਅਤੇ ਇਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਕਾਲਾ ਕੀ ਰਾਂਦਾ ਹੈ, ਕਾਲਾ ਹੀ ਰਾਂਦਾ ਹੈ ਕਿ ਉਹਦਾ ਇਲਾਜ ਕਰਾਂ, ਉਹਦਾ ਇਲਾਜ ਕਰਨਾ। ਔਰ ਕਾਲਾ ਹੀ ਨੂੰ ਮਰ ਗਿਆ, ਕਹਿੰਦਾ ਕਾਲਾ ਹੀ ਨੂੰ ਮਰ ਗਿਆ ਆ, ਉਹਦੇ 'ਚ ਤੁਹਾਨੂੰ ਕੇਸ ਪੈ ਗਿਆ, ਤੁਹਾਡੇ ਉੱਤੇ ਤੁਹਾਡੇ 'ਤੇ ਕੇਸ ਪੈ ਗਿਆ ਕਾਲੇ ਹੀ ਰਾਂਦਾ। ਉਹਨਾਂ ਨੂੰ ਕਾਲੇ ਹੀ ਰਾਂਦਾ ਕੇਸ ਪਾਤਾ। ਫਿਰ ਇਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਕੇਸ ਪੈ ਗਿਆ ਹੈਗਾ? ਉਹ ਕਾਗਜ਼ ਪੱਤਰ ਦਿਖਾਏ ਉਹਨੇ ਕੋਈ? ਹਾਂ, ਤੁਹਾਨੂੰ ਕਾਗਜ਼ ਪੱਤਰ ਦਿੱਤੇ, ਜਾਲੀ ਕਾਗਜ਼ ਦਿੱਤੇ ਸਾਨੂੰ। ਕੀ ਦਿਖਾਏ? ਕੋਰਟ ਦੇ। ਕੀ ਹੈਗਾ ਸੀਗਾ? ਕੁਛ ਵੀ ਨਹੀਂ, ਉਹਨਾਂ ਨੇ ਕਿਹਾ ਕਾਲਾ ਜੀ ਨੂੰ ਮਰ ਗਿਆ, ਤੁਹਾਡੇ 'ਤੇ ਕੇਸ ਪੈ ਗਿਆ ਹੈ। ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਪੈਸੇ, ਫਿਰ ਪੈਸੇ ਉਹਨਾਂ ਨੇ ਮੰਗੇ, ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਇੰਨੇ ਪੈਸੇ ਦਿਓ, ਇੰਨੇ ਪੈਸੇ ਦਿਓ, ਤੁਹਾਡੇ 'ਤੇ ਇੰਨਾ ਕੇਸ ਚੱਲ ਰਿਹਾ, ਇੰਨੇ 'ਤੇ ਕੇਸ ਤੁਹਾਡੇ ਚੱਲਦਾ ਹੈ। ਕਿੰਨੇ ਕੁ ਪੈਸੇ ਤੁਸੀਂ ਟ੍ਰਾਂਸਫਰ ਕੀਤੇ ਇਹਨਾਂ ਨੇ? ਟ੍ਰਾਂਸਫਰ ਵੀ ਅਸੀਂ 60 ਲੱਖ ਰੁਪਇਆ ਦਿੱਤਾ। ਕਿਹਦੇ ਕਿਹਦੇ ਖਾਤੇ 'ਚ ਕੀਤੇ ਤੁਸੀਂ? ਇਹਨਾਂ ਦੀ ਮਾਂ ਦੀ ਖਾਤੇ ਵਿੱਚ ਵੀ ਹੈ ਅਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ। ਹੋਰ ਕਿਹਦੇ ਕਿਹਦੇ ਖਾਤੇ 'ਚ ਗਏ ਨੇ? ਜਿਹੜਾ ਲੜਕਾ ਸੀਗਾ, ਜਿਹੜਾ ਮੇਨ ਹੈਗਾ ਸੀਗਾ, ਹਾਂ, ਮੋਹਿਤ ਸ਼ਰਮਾ ਅਤੇ ਉਸਦੀ ਵਾਈਫ ਅਤੇ ਉਸਦੀ ਮਦਰ। ਉਹ ਬਾਬਾ ਕੌਣ ਸੀਗਾ? ਬਾਬਾ ਕੌਣ ਸੀਗਾ? ਬਾਬਾ ਅਸੀਂ ਦੇਖਿਆ ਨਹੀਂ ਜੀ, ਬਾਬਾ ਦੇ ਅਸੀਂ ਦੇਖਿਆ ਨਹੀਂ, ਬਾਬਾ ਉਹਨੂੰ ਵੀ ਪਤਾ ਹੈਗਾ, ਸਾਨੂੰ ਨਹੀਂ ਪਤਾ। ਬਾਬੇ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ, ਤੁਸੀਂ ਦੇਖ ਮਰ ਗਿਆ ਜਿਹੜਾ ਕਹਿੰਦੇ
ਉਹਦੇ ਕੋਲ ਅੱਜ ਕੇਸ ਚੱਲ ਪਏਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹੀਰਨ ਮਾਹੌਲ ਨਹੀਂ ਤੁਸੀਂ ਕਿਸੇ ਹਵਨ ਦੇ ਵਿੱਚ ਗਏ ਸੀਗੇ ਨਹੀਂ ਕਿਤੇ ਨਹੀਂ ਗਏ ਕਿਤੇ ਨਹੀਂ ਫੜਿਆ ਉਹਨੇ ਨਾਲ ਆਪੇ ਹੀ ਜਾਂਦਾ ਰਿਹਾ ਕਿੰਨੇ ਕੁ ਪੈਸੇ ਤੁਹਾਡੇ ਕੋਲ ਠੱਗ ਲਏ ਉਹਨੇ 60 ਲੱਖ ਰੁਪਇਆ ਠੱਗ ਲਿਆ ਪੁਲਿਸ ਨੂੰ ਕੰਪਲੇਂਟ ਕੀਤੀ ਆਪਣੇ ਖਾ ਦੇਣਗੇ ਸਾਡੇ ਕੋਲ ਪੈਸੇ ਲੈਂਦੇ ਹਨ ਲਾਲਚੀ ਦੇ ਦਿੰਦੇ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਕੰਪਲੇਂਟ ਕੀਤੀ ਪੁਲਿਸ ਕੰਪਲੇਂਟ ਚੁੱਕਦੀ ਨਹੀਂ ਪਈ ਕੀ ਮੰਗ ਕੀ ਕਰਦੇ ਹੋ ਮੰਗੋ ਤੁਹਾਨੂੰ ਮੈਨੂੰ ਅਸੀਂ ਤਾਂ ਕਹਿੰਦੇ ਹਾਂ ਕਿ ਸਾਡੀ ਇਨਸਾਫ ਹੋਣੀ ਚਾਹੀਦੀ ਹੈ ਗੱਲ ਸਾਨੂੰ ਸਾਡੇ ਸਾਰੇ ਹੱਕ ਪੈਸੇ ਮਿਲਣੇ ਚਾਹੀਦੇ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਵਿਨੇ ਕੁਮਾਰ ਹੈ ਸਰ ਵਿਨੇ ਜੀ ਕੀ ਗੱਲਬਾਤ ਹੋਈ ਜਿਹੜੀ ਠੱਗੀ ਠੋਰੀ ਹੋਈ ਹੈ ਸਰ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਹੈ ਉਹਦਾ ਨਾਂ ਉਹ 2 ਸਾਲ ਪਹਿਲੇ ਗ੍ਰਿਫ ਚੋਂ ਰਿਟਾਇਰ ਹੋਏ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਂ ਉਹਦੇ ਜਿਹੜੇ ਕਲਾਸ਼ਪੁਰ ਰਹਿੰਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਅਤੇ ਇਹਦਾ ਰਾਮ ਲਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਅਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇੱਦਾਂ ਦਾ ਕੋਈ ਬਾਬਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਅਤੇ ਇੱਦਾਂ ਦਾ ਕਰਕੇ ਉਹਨੇ ਆਪਣੇ ਜਾਲ 'ਚ ਫਸਾਇਆ ਉਹਨੂੰ ਅਤੇ ਇੱਦਾਂ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਹੈ ਕਦੀ ਕਹਿੰਦੀ ਇਸ ਚੀਜ਼ ਦੀ ਪੂਜਾ ਕਰਨੀ ਹੈ ਕਦੀ ਇੱਦਾਂ ਦਾ ਕਰਕੇ 60 ਲੱਖ ਰੁਪਇਆ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਹੈ ਇੰਨੇ ਪੈਸੇ ਲੱਗਣੇ ਆ ਫਿਰ ਕਦੇ ਫਿਰ ਉਹਨੇ ਨਵਾਂ ਪਲੈਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਅਤੇ ਜਿਹਨੇ ਜਿਹਦੇ ਕੋਲ ਮੰਗਵਾਇਆ ਉਹਨੇ ਤੇਰੇ ਉੱਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸ ਐਚ ਓ ਬਣ ਕੇ ਫੋਨ ਕਰਾਉਂਦਾ ਸੀ ਕਦੀ ਡੀ ਐਸ ਪੀ ਕੋਲ ਫੋਨ ਕਰਵਾਉਂਦਾ ਸੀ ਇੱਦਾਂ ਦਾ ਕਰਕੇ ਇਸ ਮੋਹਿਤ ਸ਼ਰਮਾ ਅਤੇ ਉਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸਾਰਿਆਂ ਨੇ ਇਹਨੇ ਪਲੈਨ ਬਣਾਇਆ ਹੈਗਾ ਕਿ ਇੱਦਾਂ ਇੱਦਾਂ ਕਰਕੇ 60 ਲੱਖ ਰੁਪਏ ਉਹਨੇ ਠੱਗੀ ਕੀਤੀ ਹੈਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿ ਇੱਦਾਂ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਹਾਂ ਅਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਅਤੇ ਫਿਰ ਮੈਂ ਥੋੜ੍ਹੀ ਜਿਹੀ ਜਾਂਚ ਪੜਤਾਲ ਕੀਤੀ ਅਤੇ ਫਿਰ ਮੈਨੂੰ ਪਤਾ ਚੱਲਿਆ ਸੀ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਕੀਤੀ ਸੀ ਅੱਜ 12 ਮਾਰਚ ਨੂੰ ਕੀਤੀ ਸੀ ਕੰਪਲੇਨ ਅਤੇ ਅੱਜ 5 ਜੁਲਾਈ ਹੋ ਗਈ ਆ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਹੈ ਕਾਰਵਾਈ ਕਰਦੇ ਪਏ ਆ ਗਏ ਸੀ 2-3 ਵਾਰੀ ਅਤੇ ਉਹ ਕਹਿੰਦੇ ਚੱਲੇ ਵੈਰੀਫਿਕੇਸ਼ਨ ਕਰੀ ਕਰਦੇ ਆਪਾਂ FIR ਹੋ ਗਈ ਹੈ ਹਾਂਜੀ FIR ਕਰਵਾਈ ਆ ਕੀ ਮੰਗ ਕੀ ਕਰਦੇ ਆ ਮੰਗ ਇਹੀ ਹੈ ਕਿ ਉਹ ਤਾਂ ਉਹਨਾਂ ਨੇ ਇਹੀ ਸੋਚਿਆ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਅਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਅਤੇ ਆਪਾਂ ਸਜ਼ਾ ਨੂੰ ਕੀ ਕਰਨਾ ਹੈ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਸੀ ਉਹ ਸਾਰੀ ਉਹਨੂੰ ਦੇ ਦਿੱਤੀ ਆ ਅਤੇ ਹੁਣ ਲਾਗੇ ਬਜ਼ੁਰਗ ਮਾਤਾ ਜੀ ਆ ਉਹਦੇ ਅਤੇ ਉਹ ਆਪੇ ਵੀ ਬਜ਼ੁਰਗ ਹੈ ਅਤੇ ਉਹਦੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਆ ਇਹਦੇ 'ਚ ਅਸੀਂ ਸਾਡੇ ਕੋਲ ਕੰਪਲੇਂਟ ਇੱਕ ਰਿਸੀਵ ਹੋਈ ਸੀਗੀ ਫਿਰ DSP ਧਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ FIR ਰਜਿਸਟ੍ਰੇਸ਼ਨ ਹੋਈ ਹੈ FIR ਨੰਬਰ 77 420 467 68 71 120 ਲਈ ਇਹਨਾਂ ਇਹਦੇ 'ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਅਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੂੰ ਤੇਰੇ ਘਰ ਬੱਚਾ ਹੋਊਗਾ ਅਤੇ ਇਸ ਤਰੀਕੇ ਨਾਲ ਬਾਬਾ ਜਿਹਾ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋਈ ਜਿਹਦੇ 'ਚੋਂ ਅਰਾਊਂਡ 30 ਲੱਖ ਰੁਪਈਆ ਬੈਂਕ ਟ੍ਰਾਂਸਫਰ ਮਾਮਲਾ ਦਰਜ ਹੋ ਗਿਆ ਜੀ ਹਾਂਜੀ ਹਾਂਜੀ ਕੇਸ ਰਜਿਸਟਰਡ ਹੋ ਗਿਆ ਆਰੋਪੀ ਫੜਿਆ ਗਿਆ ਆਰੋਪੀ 'ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇਗਾ